ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਦਾਸ ਨਿਰਮਲਜੀਤ ਸਿੰਘ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ, ਜਿਵੇਂ ਆਪ ਜੀ ਕਈ ਵਾਰੀ ਦੇਖ ਚੁੱਕੇ ਹੋ, ਸਿੱਖ ਰਿਲੀਫ ਜੋ ਕਿ UK ਦੀ ਇੱਕ ਰਜਿਸਟਰ ਚੈਰਿਟੀ ਹੈ, ਜਿਹੜੀ ਜਿਸ ਦੀ ਸ਼ੁਰੂਆਤ ਹੋਈ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਮਦਦ ਵਾਸਤੇ, ਜਿਨ੍ਹਾਂ ਨੇ ਪੰਥ ਵਾਸਤੇ, ਸਿੱਖੀ ਵਾਸਤੇ, ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਅਤੇ ਮੌਜੂਦਾ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਜੇਲ੍ਹਾਂ ਵਿੱਚ ਕੱਟ ਦਿੱਤੇ, ਜਿਨ੍ਹਾਂ ਨੂੰ ਬਹੁਤ ਲੰਮੇ ਸਮੇਂ ਤੱਕ ਪੰਥ ਨੇ ਬਿਲਕੁਲ ਹੀ ਨਜ਼ਰਅੰਦਾਜ਼ ਕੀਤਾ ਹੋਇਆ ਸੀ। ਸਿੱਖ ਰਿਲੀਫ ਨੇ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਸੇਵਾ ਸੰਭਾਲ ਤੋਂ ਲੈ ਕੇ ਉਹਨਾਂ ਦੇ ਪਰਿਵਾਰਾਂ ਦੀ ਸੇਵਾ ਸੰਭਾਲ ਅਤੇ ਫਿਰ ਉਹਨਾਂ ਦੀ ਕਾਨੂੰਨੀ ਲੜਾਈ ਦੇ ਵਿੱਚ ਜੋ ਵੀ ਉਹ ਕਰ ਸਕਦੇ ਸੀ ਸਿੱਖ ਰਿਲੀਫ ਨੇ ਕੀਤਾ। ਮੇਰੇ ਨਾਲ ਸਿੱਖ ਰਿਲੀਫ ਦੇ ਮੁਖੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬੈਠੇ ਹੋਏ ਨੇ, ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਸਿੱਖ ਰਿਲੀਫ ਇਸ ਵੇਲੇ ਹੁਣ ਕੀ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਭਾਈ ਸਾਹਿਬ? ਭਾਈ ਸਾਹਿਬ ਗੁਰੂ ਸਾਹਿਬ ਦੀ ਪਾਰ ਕਿਰਪਾ। ਵਾਹਿਗੁਰੂ। ਭਾਈ ਸਾਹਿਬ, ਸਿੱਖ ਰਿਲੀਫ ਕਿਸ ਉਦੇਸ਼ ਨੂੰ ਲੈ ਕੇ ਚੱਲੀ ਅਤੇ ਅੱਜ ਕਿੱਥੋਂ ਤੱਕ ਪਹੁੰਚੀ ਹੈ? ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਸਤਿਗੁਰ ਦਾ ਇੱਕ ਬਚਨ ਆ ਜੀ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਵੇਲਾ ਜੀ। ਮੈਂ ਹਮੇਸ਼ਾ ਕਹਿੰਦਾ ਵੀ ਅਸੀਂ ਜਦੋਂ ਕੋਈ ਕੰਮ ਕਰਦੇ ਹਾਂ ਨਾ, ਸਤਿਗੁਰ ਤੋਂ ਸੇਧ ਲੈਣੀ ਜ਼ਰੂਰੀ ਹੁੰਦੀ ਸਿੱਖ ਲਈ। ਉਹ ਸਾਡਾ ਸਭ ਕੁਛ ਉਹੀ ਆ ਜੋ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਿਹਾ, ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਆ। ਉਹ ਸਭ ਤੋਂ ਵੱਡੀ ਇਹ ਆ ਵੀ ਸੱਚ ਸੁਣਾਈ ਸੀ ਸੱਚ ਕੀ ਵੇਲਾ ਜੀ। ਜੋ ਮੌਜੂਦਾ ਸਮੇਂ ਹੋ ਰਿਹਾ ਆ, ਜੋ ਕੁਛ ਘਟਨਾਵਾਂ ਵਾਪਰ ਰਹੀਆਂ ਨੇ, ਜੋ ਲੋੜਾਂ ਨੇ ਸਾਡੀਆਂ, ਜੋ ਸਾਡੇ ਮੁੱਦੇ ਨੇ, ਅਸੀਂ ਉੱਥੇ ਮੌਜੂਦਾ ਸਮੇਂ ਦੇ ਵਿੱਚ ਕੰਮ ਕਰੀਏ, ਪ੍ਰੈਜੈਂਟ ਦੇ ਵਿੱਚ ਕੰਮ ਕਰੀਏ। 20 ਸਾਲ ਨਹੀਂ, 30 ਸਾਲ ਨਹੀਂ, 40-50 ਸਾਲ ਬਾਅਦ ਨਹੀਂ। ਸੋ ਸਿੱਖ ਰਿਲੀਫ ਦਾ ਇਹ ਮੁੱਖ ਨਿਸ਼ਾਨਾ ਸੀ ਵੀ ਜੋ ਕੁਛ ਹੁਣ ਹੋ ਰਿਹਾ ਉਹਨੂੰ ਅਸੀਂ ਟੈਕਲ ਕਰੀਏ, ਉਹਦੇ ਉੱਤੇ ਅਸੀਂ ਕੰਮ ਕਰੀਏ। ਉਹ ਭਾਵਾਂ ਸਾਡਾ ਬੰਦੀਆਂ ਦਾ ਆ, ਭਾਵਾਂ ਸਾਡਾ ਵਾਤਾਵਰਨ ਦਾ ਆ, ਭਾਵਾਂ ਸਾਡਾ ਉਹ ਧਰਮ ਪ੍ਰਚਾਰ ਦਾ ਆ, ਕੋਈ ਵੀ ਮੁੱਦਾ ਆ ਜਿਹੜਾ ਸਾਨੂੰ ਇਸ ਵੇਲੇ ਪੰਥ ਨੂੰ ਲੋੜੀਂਦੀ ਦਾ, ਉਹ 'ਤੇ ਅਸੀਂ ਕੰਮ ਕਰੀਏ। ਸੋ ਸਭ ਤੋਂ ਵੱਡੀ ਗੱਲ ਸੀ ਵੀ ਜਦੋਂ ਸਿੰਘ ਫੜੇ ਜਾ ਰਹੇ ਸੀ, ਉਹਨਾਂ ਨੂੰ ਟੋਰਚਰ ਕਰ ਕਰਕੇ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ ਸੀਗਾ ਜੀ, ਕੋਈ ਔਰਗਨਾਈਜੇਸ਼ਨ ਸੈਟਅਪ ਨਹੀਂ ਸੀ, ਕੋਈ ਸਾਡਾ ਕੋਈ ਸਿਸਟਮ ਹੈ ਨਹੀਂ ਸੀਗਾ ਜਿਹੜੀ ਉਹਨਾਂ ਦੀ ਕੋਈ ਪੈਰਵਾਈ ਕਰਦਾ, ਜਿਨ੍ਹਾਂ ਦੀ ਉਹਨਾਂ ਦੀ ਕੋਈ ਦੇਖਭਾਲ ਕਰਦਾ, ਉਹਨਾਂ ਦੇ ਕੇਸ ਲੜਦਾ, ਉਹਨਾਂ ਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕਰਦਾ, ਜਾਂ ਉਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ, ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦਾ, ਉਹ ਕੋਈ ਸਿਸਟਮ ਸੈਟਅਪ ਨਹੀਂ ਸੀ ਜੀ। ਸੋ ਪ੍ਰੈਜੈਂਟ ਦੇ ਵਿੱਚ ਜ਼ਰੂਰੀ ਸੀਗਾ ਉਸ ਟਾਈਮ ਦੇ ਵਿੱਚ, ਅਸੀਂ ਕਹੀਏ ਉਹਨਾਂ ਨੂੰ ਵੀ 20 ਸਾਲ ਬਾਅਦ ਤੁਹਾਨੂੰ ਪੁੱਛਾਂਗੇ ਜੀ ਹਾਂਜੀ ਜੇਲ੍ਹ ਕੱਟਿਓ, ਬਾਅਦ 'ਚ ਇਹ ਗੱਲ ਨਹੀਂ ਬਣਦੀ ਜੀ, ਸ਼ਹੀਦਾਂ ਨਾਲ ਵੀ ਇੱਦਾਂ ਹੀ ਹੋਇਆ ਬਿਲਕੁਲ। ਸੋ ਸਿੱਖ ਰਿਲੀਫ ਨੇ ਮੁੱਦੇ ਦੇ ਉੱਤੇ ਜਿਹੜਾ ਉਸ ਵੇਲੇ ਪੰਥ ਦੇ ਸੰਕਟ ਸੀ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਸਤਿਗੁਰ ਦੀ ਕਿਰਪਾ ਨਾਲ ਭਾਵਾਂ ਕਾਰਜ ਬੜਾ ਔਖਾ ਸੀਗਾ ਜੀ, ਪਰ ਉਹ ਗੁਰੂ ਦਾ ਜੋ ਉਪਦੇਸ਼ ਹੈ ਸਾਨੂੰ ਸੱਚ ਸੁਣਾਇਆ ਸੀ ਸੱਚ ਕੀ ਵੇਲਾ, ਵਿਹਲੇ ਸਿਰ ਕੰਮ ਕਰਨਾ ਜੀ। ਮਹਾਰਾਜ ਕਹਿੰਦੇ ਜਿਹੜਾ ਵਿਹਲਾ ਹੁੰਦਾ ਨਾ ਇਹਨੂੰ ਵਕਤ ਦੇ ਉੱਪਰ ਲੜਨਾ, ਹਾਂਜੀ ਵਕਤ ਉਹਦੇ ਉੱਤੇ ਬਸ ਸਿੱਖ ਦਾ ਕੰਮ ਕਰਮ ਆ ਉਹ, ਹੈ ਨਾ, ਅਤੇ ਵਕਤ ਵਿਚਾਰ ਸੰਬੰਧ ਬਹੁਤ ਸਾਰੇ ਸ਼ਬਦ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਮੌਜੂਦ ਨੇ, ਜਿੱਥੋਂ ਸਾਨੂੰ ਸੇਧ ਮਿਲਦੀ ਆ ਇਸ ਕੰਮ ਲਈ, ਭਾਵਾਂ ਕਿੰਨਾ ਔਖਾ ਆ ਪਰ ਇਹ ਹੈਗੀ ਖਨੋ ਤਿੱਖੀ ਵਾਲੋਂ ਨੇ ਕੀ ਸਿੱਖੀ ਆ। ਸੋ ਇਹ ਮੁੱਦਾ ਜੋ ਆ ਗੁਰੂ ਕਿਰਪਾ ਦੇ ਨਾਲ ਅਸੀਂ ਇਹਨੂੰ ਟੈਕਲ ਕਰਦੇ। ਕਿੰਨੇ ਸਾਲ ਹੋ ਗਏ ਸੇਵਾ ਕਰਦੇ? ਵੈਲ ਅਨਅਫਿਸ਼ਲੀ ਤਾਂ ਅਸੀਂ ਬਹੁਤ ਸਮੇਂ ਤੋਂ ਲੱਗੇ ਹੋਏ ਹਾਂ ਜੀ, 1995 ਦੇ ਜਦੋਂ ਜਗਤਾਰ ਸਿੰਘ ਹਵਾਰਾ ਤੋਂ ਵੀ ਪਹਿਲਾਂ ਦੇ ਅਸੀਂ ਜਦੋਂ ਸਿੰਘ ਫੜ ਹੁੰਦੇ ਸੀ, ਪਰ ਉਦੋਂ ਬਹੁਤ ਛੋਟੇ ਰੂਪ 'ਚ ਸੀ ਜੀ। ਪਰ ਜਿਹੜੀ ਅਸਲੀ ਅਤੇ ਜਿਹੜੀ ਰਜਿਸਟ੍ਰੇਸ਼ਨ ਹੋਈ ਆ, ਜੋ ਕਹਿ ਲਓ ਵੀ ਅਸੀਂ ਕਾਨੂੰਨੀ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਸਾਰਾ ਯਾਨੀ ਕਿ ਓਫਿਸ਼ਲੀ 2008 ਤੋਂ ਅਸੀਂ ਯਾਨੀ ਕਿ UK ਦੇ ਤਕਰੀਬਨ 10 ਸਾਲ ਦੀ ਸੰਸਥਾ ਹੋ ਚੱਲੀ ਹੈ। ਹਾਂਜੀ, ਮਾਰੀ ਕਿਰਪਾ ਨਾਲ ਅਗਲੇ ਸਾਲ 10 ਸਾਲ ਹੋ ਜਾਣੇ ਨੇ। ਅਤੇ ਅੱਜ ਤੁਸੀਂ ਕੀ ਸੰਗਤਾਂ ਲੈ ਕੇ ਆਏ ਹੋ ਕਿ ਕਿਹੜੀ ਅਚੀਵਮੈਂਟ ਸਿੱਖ ਰਿਲੀਫ ਨੇ ਕੀਤੀ ਹੈ? ਹਾਂਜੀ, ਜਿੱਦਾਂ ਹਰ ਹਫ਼ਤੇ ਆਪਾਂ ਤੁਹਾਡੇ ਨਾਲ ਬੈਠ ਕੇ ਸੰਗਤਾਂ ਨੂੰ ਜੋ ਵੀ ਅਚੀਵਮੈਂਟ ਹੁੰਦੀ ਹੈ, ਕਿਉਂਕਿ ਸੰਗਤਾਂ ਇਹਦੇ ਵਿੱਚ ਯੋਗਦਾਨ ਪਾਉਂਦੀਆਂ ਨੇ, ਸੇਵਾ ਦਿੰਦੀਆਂ ਨੇ, ਸਾਡਾ ਬੰਦਾ ਆ ਉਹਨਾਂ ਨੂੰ ਫੀਡਬੈਕ ਦੇਣਾ, ਉਹਨਾਂ ਨੂੰ ਅਪਡੇਟ ਕਰਨਾ ਵੀ ਉਹਨਾਂ ਦੀ ਸੇਵਾ ਕਿੱਥੇ ਜਾ ਰਹੀ ਆ ਜੀ। ਸੋ ਹਰੇਕ ਹਫ਼ਤੇ ਆਪਾਂ ਮਾਰੀ ਕਿਰਪਾ ਨਾਲ ਕੋਈ ਨਾ ਕੋਈ ਸਤਿਗੁਰੂ ਦੀ ਕਿਰਪਾ ਨਾਲ ਅਚੀਵਮੈਂਟ ਕਰਦੇ ਹਾਂ ਜੀ, ਅਤੇ ਸੰਗਤਾਂ ਦੇ ਜੋ ਸੇਵਾ ਆ ਦਸਵੰਧ ਉਹ ਰੰਗ ਲਿਆਉਂਦਾ ਆ। ਬਿਲਕੁਲ ਜੀ। ਸੋ ਇਸ ਵੇਲੇ ਬਹੁਤ ਵੱਡੀ ਖਬਰ ਆ ਸਾਡੇ ਕੋਲ, ਜੋ ਭਾਈ ਪਾਲ ਸਿੰਘ ਜੀ ਫਰਾਂਸ ਵਾਲੇ ਨੇ, ਉਹ ਮਾਰੀ ਦੀ ਕਿਰਪਾ ਨਾਲ ਆਪਣੇ 7 ਸਾਲ 1 ਮਹੀਨੇ ਬਾਅਦ ਉਹ ਰਿਲੀਜ਼ ਹੋਏ ਨੇ। ਅੱਛਾ ਜੀ, ਪਿਛਲੇ ਦਿਨੀ ਗੱਲ ਚੱਲਦੀ ਸੀ ਉਹਨਾਂ ਦੀ। ਹਾਂਜੀ ਹਾਂਜੀ ਹਾਂਜੀ।
ਸੋ ਇਹ ਬਹੁਤ ਵੱਡੀ ਪੰਥ ਨੂੰ ਵਧਾਈ ਹੈ ਮੈਂ ਆਪਣੇ ਵੱਲੋਂ ਦੇਣਾ ਚਾਹੁੰਦਾ ਭਾਈ ਪਾਲ ਸਿੰਘ ਜੀ ਦਾ ਮੈਂ ਬੜਾ ਨਾਂ ਸੁਣਿਆ ਜੀ ਹਾਂਜੀ ਕਈ ਸਾਲਾਂ ਤੋਂ ਹਾਂਜੀ ਤੇ ਕਿਉਂਕਿ ਸੰਗਤਾਂ ਨੇ ਵੀ ਨਾਂ ਸੁਣਿਆ ਹੋਏਗਾ ਪਰ ਉਹਨਾਂ ਨੇ ਕਿਉਂ ਉਹਨਾਂ ਨੂੰ ਜੇਲ੍ਹ 'ਚ ਜਾਣਾ ਪਿਆ ਕੀ ਕਾਰਨ ਸੀ ਇਹ ਤੁਸੀਂ ਸੰਗਤਾਂ ਨਾਲ ਇਹ ਸਾਂਝਾ ਕਰੋਗੇ ਉਹਨਾਂ ਦੇ ਜੀਵਨ ਬਾਰੇ ਕਿਉਂਕਿ ਭਾਈ ਪਾਲ ਸਿੰਘ ਫਰੈਂਚ ਨੈਸ਼ਨਲਸ ਆ ਅੱਛਾ ਜੀ ਉੱਥੇ ਦੇ ਨਾਗਰਿਕ ਨੇ ਫਰਾਂਸ ਦੇ ਅਤੇ ਇਹਦੇ ਨਾਲ ਨਾਲ ਉਹ ਅਮੈਰੀਕਾ ਵੀ ਕੈਨੇਡਾ ਵੀ ਅਤੇ ਯੂਰਪ ਦੀਆਂ ਤਕਰੀਬਨ ਸਾਰੀਆਂ ਕੰਟਰੀਆਂ ਉਹ ਵਿਚਰੇ ਨੇ ਅੱਛਾ ਇੰਗਲੈਂਡ ਦੇ ਵਿੱਚ ਖਾਸ ਕਰਕੇ ਜਿਹੜੇ ਨੌਜਵਾਨਾਂ ਦੇ ਕੈਂਪ ਲੱਗਦੇ ਸੀਗੇ ਉਹ ਇੱਕ ਇੰਟਲੈਕਚੁਅਲ ਪੜ੍ਹੇ ਲਿਖੇ ਇੱਕ ਸਾਡੇ ਸਿੰਘ ਨੇ ਜਿਨ੍ਹਾਂ ਨੇ ਡਬਲ ਐੱਮ ਏ ਕੀਤੀ ਹੋਈ ਆ ਤਕਰੀਬਨ 15-16 ਯੂਰਪੀਅਨ ਭਾਸ਼ਾਵਾਂ ਜਿਹੜੀਆਂ ਉਹ ਬੋਲ ਲੈਂਦੇ ਨੇ ਯਾਨੀ ਕਿ ਇੰਨੇ ਉਹ ਪੜ੍ਹੇ ਲਿਖੇ ਨੇ ਹਾਂਜੀ ਸੋ ਉਹ ਅਮੈਰੀਕਾ ਵੀ ਪ੍ਰਚਾਰ ਕਰਨ ਜਾਂਦੇ ਰਹੇ ਨੇ ਯੂਰਪ ਦੇ ਵਿੱਚ ਵੀ ਇੰਗਲੈਂਡ 'ਚ ਵੀ ਆਉਂਦੇ ਰਹੇ ਨੇ ਅਤੇ ਕਿਉਂਕਿ ਰਿਟਾਇਰ ਹੋ ਚੁੱਕੇ ਸੀਗੇ ਵੀ ਕਹਿੰਦੇ ਵੀ ਮੈਂ ਇਹੀ ਕੰਮ ਕਰਾਂਗਾ ਵੀ ਮੇਰੇ ਜ਼ਿੰਦਗੀ ਦੇ ਜਿੰਨੇ ਪਲ ਹੈਗੇ ਆ ਵੀ ਮੈਂ ਘੁੰਮ ਫਿਰ ਕੇ ਜਿੱਥੇ ਵੀ ਗੁਰੂ ਬਾਣੀ ਦਾ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਆ ਸੁਣਾ ਸਕਦਾ ਦੱਸ ਸਕਦਾ ਅਤੇ ਮੈਂ ਕਰਾਂਗਾ ਉਸੇ ਯਾਨੀ ਕਿ ਸੋਚ ਨੂੰ ਲੈ ਕੇ ਉਹ ਭਾਰਤ ਗਏ ਵੀ ਸਾਡੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਅਤੇ ਬਹੁਤ ਲੋੜ ਹੈ ਚੀਜ਼ ਦੀ ਵੀ ਅਸੀਂ ਧਰਮ ਪ੍ਰਚਾਰ ਕਰੀਏ ਸੋ ਉਹਨਾਂ ਨੇ ਇੱਕ ਟੀਮ ਬਣਾ ਕੇ ਉੱਥੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਪਰ ਨਾਲ ਹੀ ਇੱਕ ਹੋਰ ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਜਿੱਥੇ ਭਾਈ ਪਾਲ ਸਿੰਘ ਫਰਾਂਸ ਵਾਲਿਆਂ ਨੇ ਉੱਥੇ ਜਿਹੜੇ ਹੋਰ ਇੰਟਲੈਕਚੁਅਲ ਸੀਗੇ ਸਾਡੇ ਜਿਹੜੇ ਵਿਦਵਾਨ ਸੀਗੇ ਉਹਨਾਂ ਨੂੰ ਨਾਲ ਲੈ ਕੇ ਸੈਮੀਨਾਰ ਕਰਨੇ ਸ਼ੁਰੂ ਕੀਤੇ ਸ਼ਹਿਰਾਂ ਦੇ ਵਿੱਚ ਅਤੇ ਉਹਦੇ ਵਿੱਚ ਵੱਡੇ ਵੱਡੇ ਅਫਸਰ ਵੀ ਸ਼ਾਮਿਲ ਕੀਤੇ ਵੀ ਜੇ ਉਤਲੇ ਬੰਦੇ ਜਿਹੜੇ ਆ ਇਹਨਾਂ ਨੂੰ ਸਮਝ ਆ ਜਾਏ ਅਤੇ ਸਾਡੀ ਕੌਮ ਜਿਹੜਾ ਜ਼ੁਲਮ ਸਹਿ ਰਹੀ ਆ ਜਿਹਨਾਂ ਦਾ ਵਧੀਕੀਆਂ ਹੋ ਰਹੀਆਂ ਨੇ ਸ਼ਾਇਦ ਉਹ ਉਹਨਾਂ ਨੂੰ ਠੱਲ ਪੈ ਜਾਵੇ ਜਾਂ ਉਹਨਾਂ ਦੀ ਸੋ ਉਹਨਾਂ ਨੇ ਬੜੇ ਬੜੇ ਸੈਮੀਨਾਰ ਕਰਨੇ ਸ਼ੁਰੂ ਕੀਤੇ ਜਿੱਥੇ ਬੜੇ ਬੜੇ ਡੀ ਐੱਸ ਪੀ ਵੀ ਕਹਿ ਲਓ ਵੀ ਇਨਕਮ ਟੈਕਸ ਦੇ ਲੋਕ ਵੀ ਹੋਰ ਜਿਹੜੇ ਆਦਰੇ ਨੇ ਉਹ ਆਣ ਕੇ ਉੱਥੇ ਬਹਿੰਦੇ ਸੀਗੇ ਗੱਲ ਸੁਣਦੇ ਸੀਗੇ ਇਹ ਪੋਪੂਲੈਰਿਟੀ ਉਹਨਾਂ ਦੀ ਵੱਧਦੀ ਗਈ ਉਹਨਾਂ ਦੀ ਚੀਜ਼ ਜਿਹੜੀ ਸੀਗੀ ਪਰ ਹਮੇਸ਼ਾ ਦੀ ਤਰ੍ਹਾਂ ਜਿਵੇਂ ਉੱਥੇ ਦੇ ਸਿਸਟਮ ਨੂੰ ਇਹ ਨਹੀਂ ਚੰਗੀ ਲੱਗਦੀ ਚੀਜ਼ ਵੀ ਸਿੱਖ ਕੌਮ ਆਪਣੀ ਗੱਲ ਕਰੇ ਆਪਣੀ ਗੱਲ ਸਮਝਾਵੇ ਲੋਕਾਂ ਨੂੰ ਉਹਨਾਂ ਦੀ ਲੋਕਾਂ ਦੀ ਗੱਲ ਸਿੱਖੀ ਨਾ ਜੁੜਨ ਲੋਕੀ ਸੋ ਉਹਨਾਂ ਨੇ ਉਹਨਾਂ 'ਤੇ ਇੱਕ ਝੂਠਾ ਕੇਸ ਪਾ ਕੇ ਕੀ ਕੇਸ ਸੀ ਜੀ ਕੇਸ ਇਹਨਾਂ ਦੇ ਪਾ ਦਿੱਤਾ ਜੀ ਵੀ ਅੱਤਵਾਦੀ ਨੇ ਅੱਛਾ ਅਤੇ ਇਹਨਾਂ ਨੇ ਜੀ ਬਾਹਰੋਂ ਹਥਿਆਰ ਮੰਗਾਏ ਨੇ ਅਤੇ ਹਥਿਆਰ ਮੰਗਾ ਕੇ ਅਤੇ ਇਹਨਾਂ ਨੇ ਇੱਥੇ ਗੜਬੜ ਕਰਨੀ ਸੀਗੀ ਅਤੇ ਅਸੀਂ ਫੜੇ ਨੇ ਹਥਿਆਰ ਅਤੇ ਇਹਨਾਂ 'ਤੇ ਉਹ ਅੱਤਵਾਦ ਦਾ ਜਿਹੜਾ ਕੇਸ ਆਰਮਡ ਐਕਟ ਅਨਲੋਫਲ ਐਕਟੀਵਿਟੀ ਐਕਟ ਵਗੈਰਾ ਇੱਦਾਂ ਦੇ ਕਾਲੇ ਕਾਨੂੰਨ ਜਿਹੜੇ ਆ ਟਾਡਾ ਵਰਗੇ ਉਹਨਾਂ ਦੇ ਅਨਲੋਫਲ ਐਕਟੀਵਿਟੀ ਐਕਟ ਵਰਗੇ ਜਿਹੜੇ ਐਕਟ ਨਵੇਂ ਹੁਣ ਬਣਾਏ ਆ ਟਾਡਾ ਦੇ ਨਾਲ ਮੈਚ ਕਰਦੇ ਉਹ ਲਾ ਦਿੱਤੇ ਤਾਂ ਕਿ ਇਹ ਛੇਤੀ ਕਿਤੇ ਬਾਹਰ ਨਾ ਆ ਸਕਣ ਸੋ ਅਤੇ ਫਿਰ ਗ੍ਰਿਫਤਾਰੀ ਹੋ ਗਈ ਅਤੇ ਉਹ ਕੇਸ ਹੁਣ ਤੱਕ ਚੱਲਦਾ ਰਿਹਾ ਗ੍ਰਿਫਤਾਰੀ ਹੋ ਗਈ ਗ੍ਰਿਫਤਾਰੀ ਤੋਂ ਇਕੱਲੇ ਨਹੀਂ ਹੋਏ ਗ੍ਰਿਫਤਾਰ ਉਹਨਾਂ ਦੇ ਨਾਲ ਭਾਈ ਮੱਖਣ ਸਿੰਘ ਜੀ ਗੁਰਮੁਖ ਸਿੰਘ ਜੀ ਅਤੇ ਇੱਕ ਕੁਲਵੰਤ ਸਿੰਘ ਜੀ ਮੈਂ ਪੜ੍ਹਿਆ ਉਹਨਾਂ ਦੇ ਅਤੇ ਉਹਨਾਂ ਦੇ ਸਾਥੀਆਂ 'ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਹਾਂਜੀ ਉਹ ਦੱਸੋਗੇ ਕਿਵੇਂ ਕੀ ਸੀ ਦੇਖੋ ਇਹ ਸਦਤ ਜਿਹੜਾ ਇਹਨਾਂ 'ਤੇ ਜ਼ੁਲਮ ਹੋਇਆ ਨਾ ਉਹ ਮੈਂ ਕਹੂੰਗਾ ਇੱਕ ਜੀਂਦੀ ਜਾਗਦੀ ਮੌਜੂਦਾ ਸਮੇਂ ਦੀ ਇੱਕ ਤਸਵੀਰ ਆ ਭਾਈ ਸਾਹਿਬ 'ਤੇ ਇੰਨਾ ਦੱਸਦੋ ਵੀ ਉਹਨਾਂ ਦੀਆਂ ਅੱਖਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਦਿਸਣੋਂ ਹਟ ਗਿਆ ਉਹਨਾਂ ਦਾ ਆਪਰੇਸ਼ਨ ਕਰਾਉਣਾ ਪਿਆ ਅੱਖਾਂ ਦਾ ਜੇਲ੍ਹ ਦੇ ਵਿੱਚ ਹੀ ਸਾਨੂੰ ਆਪਰੇਸ਼ਨ ਕਰਾਉਣਾ ਪਿਆ ਅਤੇ ਬਹੁਤ ਯਾਨੀ ਕਿ ਸਦਸ ਹੋਇਆ ਉਹਨਾਂ ਦੀਆਂ ਲੱਤਾਂ 'ਤੇ ਵੀ ਉਹਨਾਂ ਦੀਆਂ ਪਾੜਤੀਆਂ ਗਈਆਂ ਸੀਗੀਆਂ ਪੁੱਠਾ ਟੰਗ ਜੋ ਕਰਦੇ ਆ ਕਰਦੇ ਆ ਲੇਕਿਨ ਇੱਕ ਸਿੰਘ ਦੀ ਮੈਂ ਜ਼ਰੂਰ ਇੱਥੇ ਕਹਾਣੀ ਦੱਸਣੀ ਚਾਹੁੰਦਾ ਹਾਂ ਤਾਂ ਕਿ ਸੰਗਤ ਅੰਦਾਜ਼ਾ ਲਾ ਸਕੇ ਵੀ ਕਿਸ ਲੈਵਲ ਦਾ ਉਹ ਥਰਡ ਡਿਗਰੀ ਜਿਹੜਾ ਟੋਰਚਰ ਕਰਦੇ ਨੇ ਜੀ ਭਾਈ ਆਪਣੇ ਕੁਲਵੰਤ ਸਿੰਘ ਜੀ ਬਰਪਾਲ ਵਾਲੇ ਉਹਨਾਂ ਦੇ ਡਰਾਈਵਰ ਸਨ ਜੀ ਕਿਉਂਕਿ ਜਦੋਂ ਪ੍ਰਚਾਰ 'ਤੇ ਜਾਂਦੇ ਸਨ ਉਹ ਲੈ ਗੰਡੀ ਲੈ ਕੇ ਉਹ ਡਰਾਈਵ ਕਰਕੇ ਜਾਂਦੇ ਸਨ ਉਹਨਾਂ ਨੂੰ ਇੰਨੇ ਇਲੈਕਟ੍ਰਿਕ ਸ਼ੌਕ ਦਿੱਤੇ ਗਏ ਅਤੇ ਉਹਨਾਂ ਦੇ ਪ੍ਰਾਈਵੇਟ ਪਾਰਟ ਉਹਨਾਂ ਦੀਆਂ ਲੱਤਾਂ ਉਹਨਾਂ ਦੇ ਸਰੀਰ ਨੂੰ ਖਾਸ ਕਰਕੇ ਕੰਨਾਂ ਦੇ ਵਿੱਚ ਪੈਨਸਲਾਂ ਮਾਰ ਮਾਰ ਕੇ ਦੋਨੋਂ ਪਰਦੇ ਪਾੜਦੇ ਗਏ ਸਨ ਅਤੇ ਉਹ ਜ਼ੁਲਮ ਦੀ ਜੋ ਦਾਸਤਾਂ ਆ ਉਹਨਾਂ ਨੇ ਕੋਰਟ ਦੇ ਵਿੱਚ ਦੱਸੀ ਕਿ ਮੇਰੇ ਨਾਲ ਆਹ ਕੁਛ ਹੋਇਆ ਮੇਰਾ ਮੈਡੀਕਲ ਕਰਾਇਆ ਜਾਵੇ ਤਾਂ ਮੈਡੀਕਲ ਵੀ ਕਰਾਇਆ ਗਿਆ ਅਤੇ ਉਹ ਜਿਹੜੀ ਕੋਰਟ 'ਚ ਉਹਨਾਂ ਨੇ ਇਹਨਾਂ ਦੇ ਪੁਲਿਸ ਦੇ ਖਿਲਾਫ ਜਾਣੀ ਕਿ ਕੇਸ ਕੀਤਾ ਵੀ ਮੇਰੇ 'ਤੇ ਜਦੋਂ ਮੈਨੂੰ ਅਰੈਸਟ ਹੋਇਆ ਮੇਰੇ 'ਤੇ ਇਹਨਾਂ ਨੇ ਕਿਹੜੇ ਕਿਹੜੇ ਜ਼ੁਲਮ ਢਾਏ ਨੇ ਉਹਨਾਂ ਦੀ ਲਿਸਟ ਜਿਹੜੀ ਸੀਗੀ ਉਹ ਕੋਰਟ ਨੂੰ ਦਿੱਤੀ ਗਈ ਕੋਰਟ ਨੇ ਉਹਦੀਆਂ ਉਹ ਕੇਸ ਦਰਜ ਕਰ ਲਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੇਸ ਚੱਲਣ ਲੱਗ ਪਿਆ ਲੇਕਿਨ ਜਦੋਂ ਕੇਸ ਦੀ ਹੇਅਰਿੰਗ ਹੋਣੀ ਸੀ ਕੁਛ ਦਿਨ ਪਹਿਲਾਂ ਅਤੇ ਭਾਈ ਕੁਲਵੰਤ ਸਿੰਘ ਜੀ ਭਾਈ ਪਾਲ ਸਿੰਘ ਜੀ ਇਹ ਸਾਰੇ ਆਪਣੇ ਸੈੱਲ ਦੇ ਵਿੱਚ ਬੈਠੇ ਸਨ
ਤੇ ਪਾਈਪਾਲ ਸਿੰਘ ਜੀ ਜਦੋਂ ਗਿਣਤੀ ਖੁੱਲਦੀ ਆ ਤੁਹਾਨੂੰ ਸ਼ਾਇਦ ਪਤਾ ਵੀ ਉੱਥੇ ਕੋਈ ਲਿਮਿਟਿਡ ਟਾਈਮ ਹੁੰਦਾ ਹੈ ਜਦੋਂ ਥੋੜ੍ਹਾ ਖੋਲਦੇ ਨੇ ਜੇਲ੍ਹ ਨੂੰ ਅਤੇ ਤਾਂ ਕਿ ਬੰਦਾ ਥੋੜ੍ਹਾ ਤੁਰ ਫਿਰ ਸਕੇ ਪਾਈਪਾਲ ਸਿੰਘ ਜੀ ਗੁਰਦੁਆਰਾ ਸਾਹਿਬ ਚਲੇ ਜਾਂਦੇ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਅਤੇ ਇਹ ਕੁਲਵੰਤ ਸਿੰਘ ਆਰਾਮ ਕਰਿਆ ਹੁੰਦਾ ਇਹਨੂੰ ਸੁੱਤੇ ਪੈ ਨੂੰ ਇੱਥੇ ਡੀਜ਼ਲ ਛਿੜਕ ਕੇ ਅੱਗ ਲਾ ਦਿੱਤੀ ਗਈ ਅੱਛਾ ਜੀ ਤੇ ਉਹਨੂੰ ਜਾਣੀ ਕਿ ਜਿਉਂਦੇ ਜਾਗਦੇ ਨੂੰ ਜਾਣੀ ਕਿ ਮੌੜ ਦੇ ਘਾਟ ਉਤਾਰ ਸ਼ਹੀਦ ਕਰ ਦਿੱਤਾ ਗਿਆ ਜਾਣੀ ਕਿ ਉੱਥੇ ਤਾਂ ਉਹਨੂੰ ਹਸਪਤਾਲ ਲਿਜਾਇਆ ਗਿਆ ਉਹ ਜਾਣੀ ਕਿ ਕਾਫੀ ਘੰਟਿਆਂ ਬਾਅਦ ਦਮ ਤੋੜ ਗਿਆ ਲੇਕਿਨ ਪਰ ਉਹ ਕੇਸ ਵੀ ਬੰਦ ਹੋ ਗਿਆ ਜਿਹੜਾ ਕਿਉਂਕਿ ਉਹ ਕੇਸ ਉਹ 'ਚ ਗਵਾਹੀ ਦੇਣੀ ਸੀ ਕੁਲਵੰਤ ਸਿੰਘ ਨੇ ਵੀ ਜੋ ਤੇ ਹੋਇਆ ਕੁਝ ਸਾਰਾ ਸਿਸਟਮ ਫਸਦਾ ਸੀਗਾ ਜਿਹਨੇ ਪੁਲਿਸ ਵਾਲੇ ਸੀਗੇ ਜਿਹਨਾਂ ਅਰੈਸਟ ਕੀਤਾ ਸੀਗਾ ਕਿਉਂਕਿ ਉਹ ਮੈਡੀਕਲ ਬੋਲ ਰਿਹਾ ਸੀਗਾ ਉਹ ਆਪਣੇ ਐਵੀਡੈਂਸ ਬੋਲ ਰਿਹਾ ਸੀ ਵੀ ਇਹਨਾਂ ਤੇ ਕਿੰਨਾ ਜ਼ੁਲਮ ਹੋਇਆ ਤੇ ਉਹਨੇ ਐਵੀਡੈਂਸ ਦੇਣੇ ਸੀਗੇ ਜਾ ਕੇ ਕੋਰਟ ਦੇ ਵਿੱਚ ਤੇ ਉਹਨਾਂ ਦੇ ਮਰਨ ਤੋਂ ਬਾਅਦ ਉਹ ਸਾਰਾ ਕੁਝ ਰਫਾ ਦਫਾ ਕਿਉਂਕਿ ਉਹ ਵੀ ਇਨਕੁਆਰੀ ਨਹੀਂ ਹੋਈ ਵੀ ਕਿਉਂ ਇਨਕੁਆਰੀ ਮੈਂ ਪਾਈ ਸੀਗੀ ਲੇਕਿਨ ਉਹ ਪਰਿਵਾਰ ਨੂੰ ਇੰਨੀਆਂ ਧਮਕੀਆਂ ਦਿੱਤੀਆਂ ਗਈਆਂ ਇੰਨਾ ਡਰਾ ਦਿੱਤਾ ਗਿਆ ਪਰਿਵਾਰ ਖੁਦ ਦੁਬਦਾ 'ਚ ਫਸ ਗਿਆ ਵੀ ਅਸੀਂ ਕੀ ਕਰੀਏ ਹੁਣ ਅਸੀਂ ਬਥੇਰਾ ਕਿਹਾ ਵੀ ਅਸੀਂ ਕੇਸ ਲੜਾਂਗੇ ਤੁਸੀਂ ਹੌਸਲਾ ਰੱਖੋ ਪਰ ਕਈ ਵਾਰੀ ਪਰਿਵਾਰ ਉੱਥੇ ਰਹਿੰਦੇ ਆ ਬੜੀ ਮੁਸ਼ਕਿਲ ਰਹਿੰਦੇ ਮੁਸ਼ਕਿਲ ਹੋ ਜਾਂਦੀ ਆ ਪਰ ਇਹ ਜੀ ਕਹਾਣੀ ਆ ਇਹ ਜਾਣੀ ਕਿ ਇਸ ਕੇਸ ਸਾਰੇ ਸਿੰਘਾਂ ਤੇ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਸਾਰਿਆਂ ਤੇ ਕੀਤਾ ਗਿਆ ਜੀ ਬਹੁਤ ਜ਼ਿਆਦਾ ਤੇ ਉਹ ਹਲੇ ਤੱਕ ਵੀ ਪਾਈਪਾਲ ਸਿੰਘ ਉਦਾਂ ਚੜ੍ਹਦੀ ਕਲਾ 'ਚ ਆ ਪਰ ਉਹ ਕਦੇ ਕਹਿੰਦੇ ਨੇਗੇ ਪਰ ਸਾਨੂੰ ਪਤਾ ਉਹਨਾਂ ਦੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਕਾਫੀ ਇਹਨਾਂ ਦੇ ਉੱਤੇ ਹੋਇਆ ਜ਼ੁਲਮ ਜੀ ਤੇ ਫਿਰ ਸਿੱਖ ਰਿਲੀਫ ਨੂੰ ਕਿਵੇਂ ਇਸ ਕੇਸ ਦੀ ਪੈਰਵਾਈ ਕਰਨੀ ਪਈ ਕਿੱਥੋਂ ਸ਼ੁਰੂ ਕੀਤਾ ਤੁਸੀਂ ਜਦੋਂ ਭਾਈਪਾਲ ਸਿੰਘ ਤੇ ਇਹਨਾਂ ਦੇ ਸਾਥੀਆਂ ਨੂੰ ਜੇਲ੍ਹ ਨਜ਼ਰਬੰਦ ਕਰ ਦਿੱਤਾ ਗਿਆ ਜੀ ਤੇ ਇਹਨਾਂ ਦੀ ਜਿਹੜੀ ਚਾਰਜਸ਼ੀਟ ਹੈਗੀ ਜਿਹਨੂੰ ਆਪਾਂ ਚਲਾਨ ਕਹਿ ਦਿੰਦੇ ਹਾਂ ਉਹ ਪੇਸ਼ ਕਰਤੀ ਗਈ ਫਿਰ ਅਸੀਂ ਉਸ ਵੇਲੇ ਜਿਹੜੇ ਆ ਵਕੀਲ ਹਾਇਰ ਕੀਤੇ ਅਤੇ ਇਹ ਵਕੀਲ ਜਿਹੜੇ ਸੀਗੇ ਕੁਛ ਅਸੀਂ ਅੰਮ੍ਰਿਤਸਰ ਤੋਂ ਕੀਤੇ ਕਿਉਂਕਿ ਉਹ ਲੋਕਲ ਸੀਗੇ ਅਤੇ ਇੱਕ ਅਸੀਂ ਸਪੈਸ਼ਲ ਵਕੀਲ ਜਿਹਦਾ ਨਾਮ ਬਲਵੀਰ ਸਿੰਘ ਸੈਣੀ ਆ ਉਹਨੂੰ ਹਰਿਆਣੇ ਤੋਂ ਕੀਤਾ ਕਿਉਂਕਿ ਸਪੈਸ਼ਲਾਈਜ਼ ਕਰਦਾ ਸੀਗਾ ਇਸ ਕੇਸਾਂ ਦੇ ਵਿੱਚ ਅਤੇ ਉਹਨੂੰ ਅਸੀਂ ਕੇਸਾਂ ਦੇ ਵਿੱਚ ਇਨਵੋਲਵ ਕਰਕੇ ਅਤੇ ਉਹਨੂੰ ਕੇਸ ਦੀ ਜਿਹੜੀ ਚਾਰਜ ਸੀ ਉਹਦੇ ਵਿੱਚ ਉਹਨਾਂ ਨੇ ਹਰਿਆਣੇ ਤੋਂ ਆਉਣਾ ਹਰ ਡੇਟ 'ਤੇ ਅਤੇ ਉਹਨਾਂ ਨੇ ਡੇਟਾਂ ਭੁਗਤਣੀਆਂ ਉੱਥੇ ਰਹਿਣਾ ਫਿਰ ਕਈ ਵਾਰੀ ਦੂਜੇ ਦਿਨ ਡੇਟ ਪੈਣੀ ਫਿਰ ਉਹਨਾਂ ਨੂੰ ਹੋਟਲ ਬੁੱਕ ਕਰਕੇ ਦੇਣਾ ਉਹਨਾਂ ਦਾ ਜਿਹੜਾ ਯਾਨੀ ਕਿ ਸਾਰਾ ਜਿਹੜਾ ਖਰਚਾ ਸੀਗਾ ਉਹਨਾਂ ਦੀ ਆਵਾਜਾਈ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਵਕੀਲਾਂ ਦਾ ਉਹ ਵੀ ਸਾਨੂੰ ਖਾਸ ਕਰਕੇ ਪ੍ਰਬੰਧ ਕਰਨਾ ਪਿਆ ਕਿਉਂਕਿ ਕੇਸ ਬੜਾ ਇਸ ਤਰ੍ਹਾਂ ਦਾ ਸੀ ਬਿਲਕੁਲ ਬਿਲਕੁਲ ਬਹੁਤ ਵੱਡੀ ਗੱਲ ਹੈ ਜੀ ਉੱਥੇ ਤਾਂ ਕੋਈ ਮੈਨੂੰ ਲੱਗਦਾ ਵੀ ਜੇਲ੍ਹ ਵਿੱਚ ਪਰਿਵਾਰ ਵਾਲੇ ਵੀ ਜਿਹੜੇ ਆ ਉਹ ਸਾਥ ਨਹੀਂ ਦਿੰਦੇ ਜਿਵੇਂ ਸਿੱਖ ਰਿਲੀਫ ਵੱਲੋਂ ਜਿਹੜਾ ਇਹ ਸਾਰਾ ਕੀਤਾ ਜਾਂਦਾ ਜੀ ਭਾਈ ਸਾਹਿਬ ਭਾਈਪਾਲ ਸਿੰਘ ਬਾਰੇ ਹੋਰ ਥੋੜ੍ਹੀ ਜਿਹੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗੇ ਕਿਵੇਂ ਉਹਨਾਂ ਦੀ ਰਿਹਾਈ ਤੱਕ ਦਾ ਇਹ ਸਫ਼ਰ ਸਿੱਖ ਰਿਲੀਫ ਦੇ ਨਾਲ ਹੋਇਆ ਅਤੇ ਇਹ ਵੀ ਬੇਨਤੀ ਕਰਦਾ ਚੱਲਾਂ ਸਕਰੋਲ 'ਤੇ ਥੱਲੇ ਡਿਟੇਲਸ ਚੱਲ ਰਹੀਆਂ ਤੁਸੀਂ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾ ਕੇ ਸਿੱਖ ਰਿਲੀਫ ਵੱਲੋਂ ਕੀਤੇ ਕਾਰਜਾਂ ਵਿੱਚ ਆਪਣਾ ਜਿਹੜਾ ਹੈ ਮਾਇਆ ਸਫਲ ਕਰ ਸਕਦੇ ਹੋ ਅੱਜ ਦਾ ਪ੍ਰੋਗਰਾਮ ਸਿੱਖ ਰਿਲੀਫ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਮਰਪਿਤ ਹੈ ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਆਪ ਜੀ ਨਾਲ ਗੱਲ ਕੀਤੀ ਸੀ ਕਿ ਭਾਈਪਾਲ ਸਿੰਘ ਜੀ ਦੀ ਰਿਹਾਈ ਹੋਈ ਹੈ ਅਤੇ ਭਾਈਪਾਲ ਸਿੰਘ ਜੀ ਦੇ ਕੇਸ ਬਾਰੇ ਪੂਰੀ ਤਰ੍ਹਾਂ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਸਾਨੂੰ ਦੱਸ ਰਹੇ ਸਨ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਜਿਵੇਂ ਮੈਂ ਬੇਨਤੀ ਕੀਤੀ ਸੀ ਕਿ ਸਿੱਖ ਰਿਲੀਫ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਪੈਰਵਾਈ ਉਹਨਾਂ ਦੇ ਕੇਸ ਲੜਦੀ ਹੈ ਉਹਨਾਂ ਦੇ ਪਰਿਵਾਰਾਂ ਦੀ ਉਹਨਾਂ ਦੇ ਮੁੜ ਵਸੇਵੇ ਬਹੁਤ ਸਾਰੇ ਕਾਰਜ ਜਿਹੜੇ ਨੇ ਉਹ ਸਿੱਖ ਰਿਲੀਫ ਵੱਲੋਂ ਸ਼ੁਰੂ ਕੀਤੇ ਹੋਏ ਨੇ ਅਤੇ ਇਹਨਾਂ ਦੇ ਲਈ ਸਾਨੂੰ ਜਿਹੜਾ ਆਪ ਜੀ ਦੇ ਯੋਗਦਾਨ ਦੀ ਲੋੜ ਹੈ ਸਕਰੋਲ 'ਤੇ ਥੱਲੇ ਡਿਟੇਲਸ ਚੱਲ ਰਹੀ ਹੈ ਅਕਾਊਂਟ ਨੰਬਰ ਸ਼ੋਰਟ ਕੋਡ ਜਿੰਨੀ ਵੀ ਹੋ ਸਕੇ ਜ਼ਰੂਰ ਜਿਹੜੀ ਹੈ ਸੇਵਾ ਸਿੱਖ ਰਿਲੀਫ ਵਾਸਤੇ ਪਾਉਣੀ ਹਾਂਜੀ ਭਾਈ ਸਾਹਿਬ ਫਿਰ ਇਸ ਕੇਸ ਦੀ ਪੈਰਵਾਈ ਕਿੰਨੇ ਸਾਲ ਚੱਲੀ ਦੇਖੋ ਅਸੀਂ ਤਾਂ ਪਿਛਲੇ ਕਹਿ ਲਓ ਵੀ ਇਹ ਕੇਸ ਜਿਹੜਾ ਸੀਗਾ 2010 ਦੇ ਵਿੱਚ ਜੁਲਾਈ ਦੇ ਵਿੱਚ ਇਹਨਾਂ ਦਾ ਦਰਜ ਹੋਇਆ ਸੀਗਾ ਜੀ 22 ਜੁਲਾਈ ਮੇਰੇ ਖਿਆਲ ਸੀਗਾ ਡੇਟ ਸ਼ਾਇਦ 2010 ਦੇ ਵਿੱਚ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਕੇਸਾਂ ਦੀ ਪੈਰਵਾਈ ਕਰ ਰਹੇ ਹਾਂ ਜੀ ਅਤੇ ਉਹਦੇ ਵਿੱਚ ਜਦੋਂ ਕਿਉਂਕਿ ਕੇਸ ਇਹਨਾਂ 'ਤੇ ਇੱਕ ਨਹੀਂ ਪਾਇਆ ਗਿਆ ਇਹਨਾਂ 'ਤੇ ਕਈ ਕੇਸ ਪਾ ਦਿੱਤੇ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਜਦੋਂ ਇੱਕ ਕੇਸ ਪਾਵਾਂਗੇ ਤਾਂ ਸ਼ਾਇਦ ਬਰੀ ਹੋ ਕੇ ਬੰਦਾ ਇਕੱਠੇ ਪਾ ਦਿਓ ਵੀ ਸਾਰੀ ਉਮਰ ਕੇਸ ਹੀ ਲੜਦਾ ਰਹੇ ਕੇਸ ਹੀ ਲੜਦਾ ਰਹੇ ਬਾਹਰ ਜਾਣ ਜੋਗਾ ਜਾਂ ਛੁੱਟਣ ਜੋਗਾ ਨਾ ਹੋਵੇ ਜੀ ਸੋ ਇਸ ਕਰਕੇ ਸਾਨੂੰ ਪਿਛਲੇ 7 ਸਾਲ ਤੋਂ ਇਹਨਾਂ ਦੀ ਪੈਰਵਾਈ ਕਰਨੀ ਪੈ ਰਹੀ ਹੈ ਅਤੇ ਹਲੇ ਵੀ ਜਾਰੀ ਆ ਜੀ ਤਾਂ ਉਹਦੇ ਵਿੱਚ ਇਹਨਾਂ 'ਤੇ ਰੋਪੜ ਅਤੇ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਤਰਨ ਤਾਰਨ ਇੱਦਾਂ ਕਈ ਕੇਸ ਪਾ ਦਿੱਤੇ ਗਏ ਸਨ ਅੱਛਾ ਜੀ ਇਹਨਾਂ ਦੇ ਨਾਲ ਜਿਹੜੇ ਸਾਥੀ ਸੀਗੇ ਗੁਰਮੁਖ ਸਿੰਘ ਮੱਖਣ ਸਿੰਘ ਅਤੇ ਇਹ ਸਾਰਿਆਂ 'ਤੇ ਵੀ ਕੇਸ ਪਏ ਪਰ ਅਸੀਂ ਇਸ ਜਦੋਂ ਦੇਖਿਆ ਵੀ ਇਹ ਕੇਸ ਜਿਹੜੇ ਗਲਤ ਨੇ
ਤੇ ਵਕੀਲ ਨਾਲ ਵੀ ਸਾਡੇ ਵਕੀਲਾਂ ਨਾਲ ਜਿਹੜੀ ਆ ਉੱਥੇ ਜਿਹੜੇ ਸਾਡੇ ਕੰਮ ਕਰਦੇ ਨੇ ਆਰ ਐਸ ਬੈਂਸ ਬਲਵੀਰ ਸਿੰਘ ਸੈਣੀ ਇਹ ਕੇਸ ਤੇ ਖਾਸ ਕਰਕੇ ਇੱਕ ਭਾਟੀਆ ਵਕੀਲ ਸੀ ਅੰਮ੍ਰਿਤਸਰ ਦਾ ਜੀ ਸੋ ਇਹ 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 ਸੀਨੀਅਰ ਵਕੀਲਾਂ ਦੇ ਨਾਲ ਅਸੀਂ ਰਾਏ ਕੀਤੀ ਵੀ ਕਿਉਂ ਨਾ ਹਾਈ ਕੋਰਟ ਦੇ ਵਿੱਚ ਇਹਦੇ ਸਜ਼ਾ ਦੇ ਖਿਲਾਫ ਜਾਂ ਇਸ ਕੇਸ ਦੇ ਜੋ ਇਹਨਾਂ ਨੇ ਬਣਾਇਆ ਹੈਗਾ ਉਹਦੇ ਖਿਲਾਫ ਅਸੀਂ ਕਿਉਂ ਨਹੀਂ ਅਪੀਲ ਕਰਦੇ ਸੋ ਹਾਈ ਕੋਰਟ ਚੰਡੀਗੜ੍ਹ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਅਪੀਲ ਦਰਜ ਕਰ ਦਿੱਤੀ ਜਿਹਦੀ ਸੁਣਵਾਈ ਇਸ ਸਾਲ ਸ਼ੁਰੂਆਤ ਦੇ ਵਿੱਚ ਹੋਈ ਅਤੇ ਮਾਰੀ ਕਿਰਪਾ ਨਾਲ ਉਹਦੇ ਵਿੱਚ ਜਿਹੜੇ ਭਾਈ ਗੁਰਮੁਖ ਸਿੰਘ ਸੀ ਅਤੇ ਭਾਈ ਮੱਖਣ ਸਿੰਘ ਸਨ ਉਹ ਬਰੀ ਹੋ ਗਏ ਕੋਰਟ ਨੇ ਬਰੀ ਕਰਤੇ ਵੀ ਕੇਸ 'ਚ ਹੈ ਹੀ ਕੁਛ ਨਹੀਂ ਜਾਣ ਪਰ ਕਿਉਂਕਿ ਭਾਈ ਪਾਲ ਸਿੰਘ ਜੀ ਬਾਹਰਲੇ ਸਨ ਇੰਟਰਨੈਸ਼ਨਲ ਲੈਵਲ 'ਤੇ ਜਾਣੇ ਜਾਂਦੇ ਸਨ ਸ਼ਾਇਦ ਉਹਨਾਂ ਨੇ ਮੁੱਦੇ ਨਜ਼ਰ ਰੱਖਿਆ ਵੀ ਇਹਦੀ ਪਬਲਿਸਿਟੀ ਬਹੁਤ ਮਾੜੀ ਹੋਣੀ ਆ ਜੀ ਅਤੇ ਉਹਨਾਂ ਨੂੰ ਬਰੀ ਨਹੀਂ ਕੀਤਾ ਉਹਨਾਂ ਨੇ ਅੱਛਾ ਜੀ ਦੇਖੋ ਕੇਸ ਸੇਮ ਆ ਅੱਛਾ ਜੀ ਉਹ ਬੰਦੇ ਬਰੀ ਕਰ ਦਿੱਤੇ ਨਾਲ ਦੇ ਲੇਕਿਨ ਪਾਲ ਸਿੰਘ ਨੂੰ ਇਹ ਕਹਿ ਕੇ ਛੁਟਕਾਰਾ ਪਾ ਲਿਆ ਵੀ ਇਸ ਜੋ ਕੱਟੀ ਆ ਭਾਵ ਜੋ ਜਿੰਨੀ ਸੈਂਟੈਂਸ ਹੁਣ ਤੱਕ ਇਹਨਾਂ ਨੇ ਕੱਟ ਲਈ ਆ ਉਸ 'ਤੇ ਅਸੀਂ ਬਰੀ ਕਰ ਦਿੰਦੇ ਹਾਂ ਉਹ 'ਤੇ ਅਸੀਂ ਇਹਨੂੰ ਛੱਡਿਆ ਅੱਛਾ ਗਿਲਟੀ ਕਰਕੇ ਛੱਡਿਆ ਹਾਂਜੀ ਯਾਨੀ ਕਿ ਕਿੱਡਾ ਅਨਿਆਏ ਆ ਵੀ ਛੱਡਿਆ ਵੀ ਲੇਕਿਨ ਉਹ ਗਿਲਟੀ ਕਰਾਰ ਦੇ ਕੇ ਅੰਨਾ ਕਾਨੂੰਨ ਹੈ ਜੀ ਸਿੱਧੀ ਗੱਲ ਕਹਿ ਲਈ ਸੋ ਭਾਈ ਪਾਲ ਸਿੰਘ ਦੀ ਜਿਹੜੀ ਉਹ ਇਹ ਅਸੀਂ ਹਾਈ ਕੋਰਟ 'ਚ ਲਾਇਸੈਂਸ ਪਰ ਸਾਨੂੰ ਇਹ ਖੁਸ਼ੀ ਵੀ ਚਲੋ ਦੋ ਸਿੰਘ ਜਿਹੜੇ ਸਨ ਉਹ ਬਾਇੱਜ਼ਤ ਬਰੀ ਹੋਏ ਅਤੇ ਉਹ ਆਪਣੇ ਘਰ ਜਾ ਘਰ ਪਹੁੰਚੇ ਅਤੇ ਗੁਰਮੁਖ ਸਿੰਘ ਅਤੇ ਭਾਈ ਮੱਖਣ ਸਿੰਘ ਜੀ ਸੋ ਇਹ ਦੋ ਸਿੰਘਾਂ ਦੀ ਰਿਹਾਈ ਅਰਲੀ ਹੋ ਗਈ ਸੀਗੀ ਹੁਣ ਅੱਗੋਂ ਕਿਵੇਂ ਹੋਵੇਗਾ ਜੀ ਜਿਵੇਂ ਉਹਨਾਂ ਦੀ ਰਿਹਾਈ ਹੋ ਗਈ ਹੈ ਕਿ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਅਲਾਓ ਕਰੇਗੀ ਕਿ ਉਹ ਫਰਾਂਸ ਵਿੱਚ ਜਾਂ ਜਿੱਥੇ ਵੀ ਉਹਨਾਂ ਦਾ ਪਰਿਵਾਰ ਵਾਪਸ ਆ ਜਾਣ ਨਹੀਂ ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਆ ਬੇਲ ਹੋਈ ਆ ਇੱਕ ਜਿਹੜਾ ਮੇਨ ਕੇਸ ਅੰਮ੍ਰਿਤਸਰ ਦੇ ਵਿੱਚ ਆ ਅਤੇ ਉਹਨਾਂ ਨੂੰ ਜੇ ਤਾਂ ਬਰੀ ਕਰਤਾ ਜਾਂਦਾ ਸਾਰੇ ਕਿਉਂਕਿ ਕੋਈ ਹੋਰ ਵੀ ਕੇਸ ਨੇ ਹਾਂਜੀ ਉਹ ਹਲੇ ਚੱਲਦੇ ਨੇ ਉਹ ਪੈਂਡਿੰਗ ਨੇ ਅਤੇ ਕੁਛ ਕੇਸਾਂ ਦੇ ਵਿੱਚ ਉਹਨਾਂ ਦੀ ਬੇਲ ਹੋਈ ਹੋਈ ਆ ਸਾਰੇ ਕੇਸਾਂ ਤਕਰੀਬਨ ਬੇਲ ਹੋ ਚੁੱਕੀ ਆ ਅਤੇ ਜਿੰਨਾ ਚਿਰ ਉਹ ਸਾਰੇ ਫਾਈਨਲਾਈਜ਼ ਨਹੀਂ ਹੁੰਦੇ ਉਹਨਾਂ ਦੀ ਜਾਂ ਉਹ ਕੋਈ ਸਜ਼ਾ ਕਰਨਗੇ ਜਾਂ ਫਿਰ ਉਹ ਬਰੀ ਕਰਨਗੇ ਜਿੰਨਾ ਚਿਰ ਉਹ ਸਾਰੀ ਗੱਲ ਨੂੰ ਭੁਗਤਾ ਨਹੀਂ ਲੈਂਦੇ ਉਨਾ ਚਿਰ ਉਹ ਮੇਰੇ ਕੋਲ ਮੁਸ਼ਕਲ ਆ ਵੀ ਉਹਨਾਂ ਨੂੰ ਬਾਹਰ ਆਉਣ ਦੀ ਕੁਝ ਇਜਾਜ਼ਤ ਦਿੱਤੀ ਜਾਏਗੀ ਭਾਈ ਸਾਹਿਬ ਕਈ ਵਾਰੀ ਮੈਂ ਸੁਣਿਆ ਕਿ ਜਿਸ ਤਰ੍ਹਾਂ ਜਿਹਨਾਂ ਕੋਲ ਵਿਦੇਸ਼ੀ ਪਾਸ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਜਾਂ ਇਸ ਤਰ੍ਹਾਂ ਦਾ ਕੁਝ ਹੈ ਹਾਂਜੀ ਕੀ ਇਸ ਤਰ੍ਹਾਂ ਦੇ ਕੇਸ ਵਿੱਚ ਨਹੀਂ ਹੁੰਦਾ ਨਹੀਂ ਇਸ ਤਰ੍ਹਾਂ ਕੁਛ ਨਹੀਂ ਹੈ ਕੋਈ ਵੀ ਕਿਸੇ ਨੈਸ਼ਨੈਲਿਟੀ ਦਾ ਬੰਦਾ ਵੀ ਇੰਡੀਆ ਜਾਂਦਾ ਜਾਂ ਕਿਸੇ ਮੁਲਕ 'ਚ ਵੀ ਜਾਂਦਾ ਆ ਜੇ ਉਹ ਦੇਸ਼ ਸੋਚਦਾ ਆ ਵੀ ਇਹਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਆ ਤਾਂ ਉਹ ਕਰਨਗੇ ਕੋਈ ਨੈਸ਼ਨੈਲਿਟੀ ਤੁਹਾਨੂੰ ਰੋਕਦੀ ਨਹੀਂ ਇੱਥੋਂ ਬਹੁਤ ਸਾਰੇ ਸਿੰਘ ਸਾਡੇ ਗਏ ਨੇ UK ਤੋਂ ਕੁਛ ਸਿੰਘ ਜਿਹੜੇ ਇੰਡੀਆ ਜਾ ਕੇ ਗ੍ਰਿਫਤਾਰ ਹੋਏ ਨੇ ਉਹ ਬ੍ਰਿਟਿਸ਼ ਨੈਸ਼ਨਲ ਸੀਗੇ ਜੀ ਮੈਂ ਤਾਂ ਇੰਡੀਅਨ ਨੈਸ਼ਨਲ ਸੀਗਾ ਮੈਂ ਹਾਂਜੀ ਪਰ ਉਹਨਾਂ ਨੂੰ ਕੋਈ ਰੋਕਦਾ ਨਹੀਂ ਹੈ ਕੋਈ ਕੰਟਰੀ ਰੋਕ ਨਹੀਂ ਸਕਦੀ ਵੀ ਗ੍ਰਿਫਤਾਰ ਹਾਂ ਉਹ ਇੰਟਰਵੀਨ ਕਰਦੇ ਆ ਵੀ ਸਾਡੇ ਨੈਸ਼ਨਲ ਦੇ ਨਾਲ ਸਾਡੇ ਨਾਗਰਿਕ ਦੇ ਨਾਲ ਕੋਈ ਵਧੀਕੀ ਨਾ ਹੋਵੇ ਅੱਛਾ ਜੀ ਹਾਂਜੀ ਉਹ ਵਾਚ ਜ਼ਰੂਰ ਕਰਦੇ ਆ ਪਰ ਇੰਟਰਫੇਅਰ ਨਹੀਂ ਕਰ ਸਕਦੇ ਪਰ ਭਾਈ ਪਾਲ ਸਿੰਘ ਦੇ ਕੇਸ ਵਿੱਚ ਐਸਾ ਨਹੀਂ ਹੋਇਆ ਜੀ ਭਾਈ ਪਾਲ ਸਿੰਘ ਦੇ ਵਿੱਚ ਜਿਹੜੀ ਗੱਲ ਸੀ ਜਿਹੜਾ ਫਰੈਂਚ ਗਵਰਨਮੈਂਟ ਸੀਗੀ ਉਹਨਾਂ ਨੇ ਇੰਟਰਵੀਨ ਕੀਤਾ ਸੀਗਾ ਪਰ ਉਸ ਲੈਵਲ ਤੱਕ ਵੀ ਉਹਦੀ ਜਿਹੜੀ ਦੇਖਭਾਲ ਆ ਉਹਦੀ ਮੈਡੀਕਲ ਆ ਉਹਦੀਆਂ ਸਹੂਲਤਾਂ ਨੇ ਉਹ ਉਹਨਾਂ ਨੂੰ ਮਿਲਣੀਆਂ ਜ਼ਰੂਰੀ ਆ ਸੋ ਉਹਨਾਂ ਨੇ ਪ੍ਰੋਵਾਈਡ ਕਰਨੀਆਂ ਸੀਗੀਆਂ ਜਦੋਂ ਬਾਹਰ ਪਰ ਉਹਨਾਂ ਦੀ ਗ੍ਰਿਫਤਾਰੀ ਜਾਂ ਉਹਨਾਂ ਦੇ ਕੇਸ ਦੇ ਵਿੱਚ ਇੰਟਰਫੇਰੈਂਸ ਫਰੈਂਚ ਗਵਰਨਮੈਂਟ ਕੁਛ ਨਹੀਂ ਕਰ ਸਕਦੀ ਨਾ ਬ੍ਰਿਟਿਸ਼ ਕਰ ਸਕਦੀ ਆ ਇਹ ਆਪਾਂ ਨੂੰ ਬਿਲਕੁਲ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਭਾਈ ਸਾਹਿਬ ਅਸੀਂ ਸੰਗਤਾਂ ਨੂੰ ਇਸ ਕੇਸ ਬਾਰੇ ਦੱਸਿਆ ਸੀ ਸੰਗਤਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਬਿਲਕੁਲ ਬਿਲਕੁਲ ਸੰਗਤਾਂ ਨੂੰ ਅਸੀਂ ਜਦੋਂ ਵੀ ਇਹਨਾਂ ਦੀ ਕੋਈ ਕੋਰਟ ਪੇਸ਼ੀ ਹੁੰਦੀ ਰਹੀ ਆ ਜਾਂ ਕੋਈ ਰਿਜ਼ਲਟ ਆਉਂਦਾ ਰਿਹਾ ਆ ਜਾਂ ਉਹ ਕਿਸੇ ਕੇਸ 'ਚੋਂ ਬਰੀ ਹੁੰਦੇ ਰਹੇ ਨੇ ਤਾਂ ਅਸੀਂ ਸੰਗਤਾਂ ਨੂੰ ਦੱਸਦੇ ਰਹੇ ਹਾਂ ਵੀ ਇਹ ਇਹ ਕੇਸ ਭਾਈ ਪਾਲ ਸਿੰਘ ਦਾ ਕਿਉਂਕਿ ਬੜਾ ਹਾਈ ਲੈਵਲ ਦਾ ਕੇਸ ਹੈਗਾ ਇਹ ਇਕੱਲਾ ਇੰਡੀਆ ਦੇ ਨਾਲ ਰਿਲੇਟਡ ਨਹੀਂ ਹੈਗਾ ਕਿਉਂਕਿ ਭਾਈ ਪਾਲ ਸਿੰਘ ਯੂਰਪੀਅਨ ਦੀਆਂ ਸਾਰੇ ਮੁਲਕਾਂ 'ਚ ਤਕਰੀਬਨ ਗਏ ਨੇ ਇੰਗਲੈਂਡ ਦੇ ਵਿੱਚ ਅਮਰੀਕਾ ਉਹਨਾਂ ਦਾ ਪਰਿਵਾਰ ਵੀ ਜਾਣ ਕੇ ਕੈਨੇਡਾ ਦੇ ਵਿੱਚ ਆ ਮੈਂ ਤੁਹਾਨੂੰ ਵੀ ਦੱਸਦਾ ਸੰਗਤ ਤੁਹਾਡੇ ਵਾਸਤੇ ਤੁਹਾਡਾ ਸਹਿਯੋਗ ਹੈ ਤੁਹਾਡੀ ਦਿੱਤੀ ਹੋਈ ਮਾਇਆ ਤੁਹਾਡਾ ਦਿੱਤਾ ਹੋਇਆ ਯੋਗਦਾਨ ਸਾਡੇ ਬੱਚਿਆਂ ਦਾ ਜਿਹੜਾ ਇੱਕ ਟੀਮ ਕੰਮ ਕਰਦੀ ਹੈ ਉਹਨਾਂ ਸਾਰਿਆਂ ਦੇ ਸਹਿਯੋਗ ਸਦਕਾ ਅੱਜ ਭਾਈ ਪਾਲ ਸਿੰਘ ਹੋਰਾਂ ਦੀ ਰਿਹਾਈ ਹੋਈ ਹੈ ਭਾਈ ਪਾਲ ਸਿੰਘ ਹੋਰਾਂ ਤੋਂ ਬਿਨਾਂ ਵੀ ਬਹੁਤ ਸਾਰੇ ਕੇਸ ਤੁਹਾਡੇ ਨਾਲ ਸਿੱਖ ਰਿਲੀਫ ਜਿਹੜਾ ਉਹ ਅਕਾਲ ਚੈਨਲ 'ਤੇ ਡਿਸਕਸ ਕਰਦਾ ਰਹਿੰਦਾ ਕਿ ਅਸੀਂ ਇੰਨੀਆਂ ਪ੍ਰਾਪਤੀਆਂ ਕੀਤੀਆਂ ਸੋ ਇਹ ਵੀ ਇੱਕ ਬੜੀ ਵੱਡੀ ਪ੍ਰਾਪਤੀ ਹੈ ਕਿ ਜਿੱਥੇ ਬਹੁਤ ਸਾਰੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਪੁੱਛਗਿੱਛ ਨਹੀਂ ਕੀਤੀ ਜਾਂਦੀ ਉੱਥੇ ਜਿਹੜੀ ਸਿੱਖ ਰਿਲੀਫ ਦੀ ਟੀਮ ਹੈ ਉਹ ਵੀ ਆਪਣੀ ਸਿਰ ਤਲੀ 'ਤੇ ਰੱਖ ਕੇ ਕੰਮ ਕਰਦੀ ਹੈ ਜੀ ਕਿ ਜਿਸ ਤਰ੍ਹਾਂ ਦੇਖੋ ਮੈਂ ਕਹੂੰਗਾ ਵੀ ਉਹਨਾਂ ਦਾ ਕੰਮ ਜ਼ਿਆਦਾ ਸੀਰੀਅਸ ਆ ਹਾਂਜੀ ਕਿਉਂਕਿ ਉਹ ਉਹਨਾਂ ਲੋਕਾਂ ਲਈ ਕੰਮ ਕਰ ਰਹੇ ਨੇ ਜਿਨ੍ਹਾਂ 'ਤੇ ਇਹ ਐਂਟੀ ਨੈਸ਼ਨਲ ਇੰਡੀਆ
ਦਾ ਇਲਜ਼ਾਮ ਆ ਵੀ ਇਹ ਇੰਡੀਆ ਨੂੰ ਤੋੜਨਾ ਚਾਹੁੰਦੇ ਆ, ਇੰਡੀਆ 'ਤੇ ਅੱਤਵਾਦ ਫੈਲਾਉਣਾ ਚਾਹੁੰਦੇ ਆ। ਸੋ ਉਹ ਟੀਮ ਦਾ ਉਹਨਾਂ ਨੂੰ ਕਿੰਨਾ ਖਤਰਾ ਆ, ਹਰ ਰੋਜ਼ ਇਹਨਾਂ ਨੂੰ ਖਤਰਾ ਆ। ਬਿਲਕੁਲ, ਅਤੇ ਮੈਂ ਵੀ ਦੱਸ ਦਿੰਦਾ ਵੀ ਉਹਨਾਂ ਨੂੰ ਗਾਹੇ ਬਗਾਹੇ ਸੱਦਿਆ ਜਾਂਦਾ ਹਰ ਹਫ਼ਤੇ, ਸਾਡੀ ਟੀਮ ਨੂੰ ਸਾਡੀ ਡੀ ਐੱਸ ਪੀ ਨੇ ਸੱਦਿਆ ਹੁੰਦਾ ਕਿਸੇ ਲੋਕਲ ਥਾਣੇ, ਅਤੇ ਇੱਥੇ ਤੱਕ ਵੀ ਏਜੰਸੀਆਂ ਵਾਲੇ ਵੀ ਹਰ ਤਕਰੀਬਨ ਮਹੀਨੇ ਦੋ ਮਹੀਨੇ ਵਿੱਚ ਦੋ ਤਿੰਨ ਗੇੜੇ ਮਾਰਦੇ ਮਾਰਦੇ ਵੀ ਅੱਖ ਰੱਖਣ ਲਈ। ਇੱਥੇ ਤੱਕ ਦਿੱਲੀ ਵੀ ਸੱਦਿਆ ਜਾਂਦਾ ਪਰ ਅਸੀਂ ਗਿਵ ਅਪ ਨਹੀਂ ਕਰਦੇ ਕਿਉਂਕਿ ਸੱਚ ਅਤੇ ਝੂਠ ਦੀ ਲੜਾਈ ਹੈ। ਬਿਲਕੁਲ ਜੀ, ਬਹੁਤ ਵਧੀਆ ਜੀ, ਇੱਥੋਂ ਗੱਲ ਕਰ ਲੈਣੀ ਬੜੀ ਸੌਖੀ ਹੈ ਜੀ ਸਾਡੇ ਸਾਡੇ ਵਾਸਤੇ, ਪਰ ਜਿਨ੍ਹਾਂ ਨੇ ਉੱਥੇ ਸੇਵਾ ਕਰਨੀ ਆ ਉਹ ਅਸੀਂ ਇੱਥੇ ਬੈਠੀਆਂ ਸੰਗਤਾਂ ਇੰਨਾ ਕਰ ਸਕਦੇ ਹਾਂ ਕਿ ਜਿਹੜੇ ਉੱਥੇ ਸੇਵਾ ਕਰ ਰਹੇ ਆ, ਕਿਉਂਕਿ ਜਿਵੇਂ ਭਾਈ ਸਾਹਿਬ ਨੇ ਦੱਸਿਆ ਵਕੀਲਾਂ ਦੀ ਫੀਸ, ਉਹਨਾਂ ਦੀ ਰਿਹਾਇਸ਼, ਉਹਨਾਂ ਦੀ ਆਵਾਜਾਈ, ਮੇਰਾ ਖਿਆਲ ਹੈ ਜੀ ਕਈ ਤਾਂ ਵਕੀਲ ਇਹੋ ਜਿਹੇ ਨੇ ਇੱਕ ਫੇਰੀ 'ਤੇ ਆਉਣ ਦਾ ਹੀ ਲੱਖ ਰੁਪਈਆ ਲੈ ਲੈਂਦੇ ਆ, ਇਹੋ ਜਿਹੇ ਵੀ ਹੈਗੇ। ਬਹੁਤ ਮਹਿੰਗੇ ਕੇਸ ਨੇ ਜੀ, ਬਹੁਤ ਬਹੁਤ ਵਕੀਲ ਮਹਿੰਗੇ ਹੁੰਦੇ ਨੇ ਜੀ, ਇਹ ਸ਼ਾਇਦ ਕਿਸੇ ਨੂੰ ਨਹੀਂ ਪਤਾ, ਲੇਕਿਨ ਉੱਥੇ ਲੱਖਾਂ ਦੇ ਵਿੱਚ ਗੱਲ ਕਰਦੇ ਨੇ। ਜਦੋਂ ਗੱਲ ਕਰਨ ਦੇ ਵੀ ਸਾਡੇ ਕੋਲ ਪੈਸੇ ਮੰਗਦੇ ਵੀ ਸਾਨੂੰ ਪਹਿਲਾਂ ਇੰਨੇ ਪੈਸੇ ਟੇਬਲ 'ਤੇ ਰੱਖੋ, ਫਿਰ ਗੱਲ ਕਰਾਂਗੇ ਤੁਹਾਡੇ ਨਾਲ ਹਾਂਜੀ। ਸੋ ਇਹ ਕੇਸ ਜਿਹੜੇ ਆ, ਖਾਸ ਕਰਕੇ ਉਹਨਾਂ ਨੂੰ ਪਤਾ ਵੀ ਇਹ ਕੇਸ ਜਿਹੜੇ ਆ ਇਹ ਆਮ ਵਕੀਲ ਨਹੀਂ ਲੜਦਾ ਜੀ, ਅਤੇ ਆਮ ਵਕੀਲ ਨਾ ਵੀ ਕਰ ਦਿੰਦੇ ਸਾਨੂੰ ਵੀ ਅਸੀਂ ਇਹ ਕੇਸ ਨਹੀਂ ਲੈਣੇ ਤੁਹਾਡੇ। ਸੋ ਇਹਨਾਂ ਲਈ ਸਪੈਸ਼ਲ ਵਕੀਲ ਹੁੰਦੇ ਨੇ, ਅਤੇ ਸਪੈਸ਼ਲ ਵਕੀਲਾਂ ਨੂੰ ਪਤਾ ਹੁੰਦਾ ਨੂੰ ਵੀ ਇਹਨਾਂ ਨੂੰ ਲੋੜ ਆ ਸਾਡੀ, ਅਤੇ ਇਹਨਾਂ ਕੋਲ ਮਾਇਆ ਅਸੀਂ ਖੁੱਲ੍ਹੀ ਲੈਣੀ ਹੈ। ਭਾਈ ਸਾਹਿਬ ਜੀ, ਹੋਰ ਭਾਈ ਪਾਲ ਸਿੰਘ ਜੀ ਤੋਂ ਇਲਾਵਾ ਉਹਨਾਂ ਦੇ ਸਾਥੀ ਵੀ ਰਿਹਾਅ ਹੋ ਗਏ, ਹਾਂਜੀ, ਹੋਰ ਕੀ ਅਪਡੇਟ ਆ ਤੁਹਾਡੇ ਕੋਲ ਸਿੱਖ ਨੇ? ਮਹਾਰਾਜ ਦੀ ਕਿਰਪਾ ਨਾਲ, ਜਿਵੇਂ ਤੁਸੀਂ ਕਿਹਾ ਹੀ ਆ ਵੀ ਟੀਮ ਉੱਥੇ ਬੜੇ ਮਿਹਨਤ ਨਾਲ ਉਹ ਸਿਦਕ ਦੇ ਨਾਲ ਉੱਥੇ ਕੰਮ ਕਰਦੀ ਆ, ਅਤੇ ਇਹ ਸਾਰੀ ਮੈਂ ਕਹਿੰਦਾ ਵੀ ਸਤਿਗੁਰ ਦੀ ਦੇਣ ਆ, ਜਿਹੜਾ ਉਹਨਾਂ ਦੇ ਸਿਰਾਂ 'ਤੇ ਹੱਥ ਰੱਖ ਕੇ ਭਾਵਾਂ ਉਹ ਕਿੰਨੀਆਂ ਮੁਸ਼ਕਿਲਾਂ 'ਚ ਗੁਜ਼ਰਦੇ ਨੇ। ਤੁਸੀਂ ਯਕੀਨ ਕਰੋਗੇ ਕਈ ਵਾਰੀ ਰਾਤ ਨੂੰ 2-3 ਵਜੇ ਆਣ ਕੇ ਵੀ ਪੁਲਿਸ ਵਾਲੇ ਰੇਡ ਕਰਦੇ ਨੇ ਘਰ ਦੇ ਉੱਤੇ, ਹਾਂਜੀ, ਅਤੇ ਉਹਨਾਂ ਨੂੰ ਫੜ ਕੇ ਵੀ ਲੈ ਜਾਂਦੇ ਨੇ, ਪਰ ਉਹ ਇੰਨੀ ਸਿਦਕੀ ਸਿੰਘ ਨੇ, ਉਹ ਕਹਿੰਦੇ ਨੇ ਅਸੀਂ ਕੌਮ ਲਈ ਖੜ੍ਹੇ ਹਾਂ ਜੇ ਖੜ੍ਹੇ ਰਹਾਂ। ਪਿਛਲੇ 10 ਸਾਲ ਤੋਂ ਜਾਣੀ ਕਿ ਇਸ ਸੇਵਾ ਦੇ ਵਿੱਚ ਉਹਨਾਂ ਨੇ ਪੈਰ ਪਿੱਛੇ ਨਹੀਂ ਕੀਤਾ, ਬਹੁਤ ਵੱਡਾ ਉਹਨਾਂ ਦਾ ਯੋਗਦਾਨ। ਅਤੇ ਇਸੇ ਤਰ੍ਹਾਂ ਹੀ ਜਾਣੀ ਕਿ ਉਹ ਜਿੱਥੇ ਭਾਈ ਪਾਲ ਸਿੰਘ ਦੀ ਰਿਹਾਈ ਹੋਈ ਆ ਉੱਥੇ ਭਾਈ ਗੁਰਦੀਪ ਸਿੰਘ ਖਹਿਰੇ ਦੀ ਪਰੋਲ ਕਰਾਈ ਗਈ ਆ, ਜੋ 1990 ਤੋਂ ਨਜ਼ਰਬੰਦ ਨੇ। ਉਹਨਾਂ 'ਚ ਉਹਨਾਂ ਨੂੰ 2 ਲੱਖ ਸੈਂਟੈਂਸ ਹੋਈਆਂ ਸੀ, ਇੱਕ ਦਿੱਲੀ 'ਚ ਅਤੇ ਇੱਕ ਕਰਨਾਟਕਾ ਦੇ ਵਿੱਚ ਜੀ, ਅਤੇ ਕਰਨਾਟਕਾ ਤੋਂ ਫਿਰ ਉਹਨਾਂ ਨੂੰ ਪਿਛਲੇ ਸਾਲ ਜਿਹੜਾ ਹੈਗਾ ਟ੍ਰਾਂਸਫਰ ਅੰਮ੍ਰਿਤਸਰ ਦੀ ਜੇਲ੍ਹ 'ਚ ਕੀਤਾ ਗਿਆ ਸੀਗਾ। ਸੋ ਗੁਰਦੀਪ ਸਿੰਘ ਖਹਿਰਾ ਜੋ ਬਹੁਤ ਮੇਰੇ ਸਭ ਤੋਂ ਲੰਮੀ ਸਜ਼ਾ ਜਾਣੀ ਕਿ ਇਹੀ ਭੁਗਤ ਰਹੇ ਨੇ, ਪਿਛਲੇ 27 ਸਾਲ ਤੋਂ ਨਜ਼ਰਬੰਦ ਨੇ, ਅਤੇ ਇਹ ਪਰੋਲ 'ਤੇ ਆਏ ਨੇ ਗੁਰੂ ਦੀ ਕਿਰਪਾ ਨਾਲ। ਇਹਨਾਂ 'ਤੇ ਵੀ ਪਰੋਲਾਂ ਨੂੰ ਵੀ ਕਰਾਉਣ ਲਈ ਮਿਹਨਤ ਕਰਨੀ ਪੈਂਦੀ ਹੈ। ਸੋ ਇਸੇ ਤਰ੍ਹਾਂ ਹੀ ਭਾਈ ਲਾਲ ਸਿੰਘ ਨੇ ਜੋ 1992 ਤੋਂ ਨਾਭਾ ਜੇਲ੍ਹ, ਇਹ ਵੀ ਪਹਿਲਾਂ ਗੁਜਰਾਤ ਜੇਲ੍ਹ 'ਚ ਬੰਦ ਸਨ, ਨਜ਼ਰਬੰਦ ਸਨ ਭਾਈ ਲਾਲ ਸਿੰਘ ਜੀ, ਅਤੇ ਅੱਜ ਕੱਲ੍ਹ ਇਹ ਨਾਭਾ ਜੇਲ੍ਹ ਹਾਈ ਸਕਿਉਰਿਟੀ ਨਾਭਾ ਜੇਲ੍ਹ ਦੇ ਵਿੱਚ ਨਿਰਬੰਧ ਨੇ। ਇਹਨਾਂ ਦੀ ਵੀ ਪਰੋਲ ਹੋ ਗਈ? ਇਹਨਾਂ ਦੀ ਪਰੋਲ ਹੋਈ ਹੈ 42 ਦਿਨ ਦੀ। ਸੋ ਇਹ ਵੀ ਪਰੋਲ 'ਤੇ ਆਏ ਨੇ, ਅਤੇ ਇਹਨਾਂ ਤੋਂ ਇਲਾਵਾ ਭਾਈ ਬਲਵੀਰ ਸਿੰਘ ਜਿਹਨੂੰ ਭੂਤਨਾ ਵੀ ਕਹਿੰਦੇ ਨੇ, ਬੀਰਾ ਵੀ ਕਹਿੰਦੇ ਨੇ, ਅਤੇ ਇਹ ਸੌਦਾ ਸਾਧ ਵਾਲਾ ਇਹਨਾਂ ਦਾ ਕੇਸ ਸੀ, ਇਹਨਾਂ 'ਤੇ ਇੱਦਾਂ ਦੇ ਕੇਸ ਸੀਗੇ ਇਹਨਾਂ ਦੇ ਵੀ ਇਹ ਯਾਤਰਾ 'ਤੇ ਗਏ ਸੀ ਹਜ਼ੂਰ ਸਾਹਿਬ, ਅਤੇ ਯਾਤਰਾ ਤੋਂ ਵਾਪਸ ਆ ਰਹੇ ਸੀਗੇ, ਅਤੇ ਲੁਧਿਆਣੇ 'ਚ ਇਹਨਾਂ ਨੂੰ ਜਾਣੀ ਕਿ ਗ੍ਰਿਫਤਾਰ ਕੀਤਾ ਗਿਆ। ਰੇਲਵੇ ਸਟੇਸ਼ਨ ਤੋਂ ਤੁਸੀਂ ਯੂਟਿਊਬ 'ਤੇ ਵੀ ਦੇਖ ਸਕਦੇ, ਇਹਨਾਂ ਦਾ ਲਾਈਵ ਇਹਨਾਂ ਦਾ ਗ੍ਰਿਫਤਾਰੀ ਦਿਖਾਈ ਗਈ ਸੀਗੀ। ਇਹ 2009 ਤੋਂ ਨਾਭਾ ਜੇਲ੍ਹ ਦੇ ਵਿੱਚ ਨਜ਼ਰਬੰਦ ਰਹੇ। ਇਹਨਾਂ ਦੀ ਸਿੰਘਣੀ 'ਤੇ ਵੀ ਕੇਸ ਪਾਇਆ ਗਿਆ ਸੀਗਾ, ਅਤੇ ਤਕਰੀਬਨ 3 ਸਾਲ ਇਹਨਾਂ ਦੀ ਸਿੰਘਣੀ ਨੂੰ ਵੀ, ਸਿੰਘ ਸਿੰਘਣੀ ਦੋਨਾਂ ਨੂੰ ਨਾਭਾ ਜੇਲ੍ਹ 'ਚ ਰੱਖਿਆ ਗਿਆ ਸੀਗਾ। ਦੇਖੋ, ਅਤੇ ਇਹਨਾਂ ਦੇ ਪਿੱਛੇ ਇੱਕ ਬਜ਼ੁਰਗ ਮਾਤਾ ਸੀਗੀ ਜੋ ਕਿ ਮੰਡੀ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ, ਉਸ ਵੇਲੇ ਅਸੀਂ ਨਵੇਂ ਨਵੇਂ ਸੀਗੇ। ਉਹਨੂੰ ਮੰਡੀ 'ਚੋਂ ਹਟਾਇਆ ਗਿਆ, ਉਹਨੂੰ ਪੈਨਸ਼ਨ ਲਾਈ ਗਈ ਗੁਰੂ ਦੀ ਕਿਰਪਾ ਨਾਲ, ਜਿਸ ਸੰਗਤਾਂ ਮਾਇਆ ਦਿੰਦੀ ਹੈ ਵੀ ਮਾਂ ਤੂੰ ਇੰਨੇ 70-80 ਸਾਲ ਦੀ ਆ ਵੀ ਤੂੰ ਨਹੀਂ ਜਾਣਾ, ਤੈਨੂੰ ਸਿੱਖ ਲਈ ਦੀ ਸੰਗਤ ਜਿਹੜੀ ਹੈਗੀ ਆ UK ਦੀ ਸਾਂਭੇਗੀ। ਸੋ ਬਲਵੀਰ ਸਿੰਘ ਭੂਤਨੇ ਦੀ ਵੀ ਰਿਹਾਈ ਪਰੋਲ ਹੋਈ ਹੈ ਉਹਦੀ 42 ਦਿਨ। ਇਹਦੇ ਨਾਲ ਭਾਈ ਹਰਜੀਤ ਸਿੰਘ ਕਾਲਾ ਜੋ 2003 ਤੋਂ ਉਮਰ ਕੈਦ ਭੁਗਤ ਰਹੇ ਨੇ, ਅਤੇ ਇਹ ਪਟਿਆਲਾ ਜੇਲ੍ਹ 'ਚ ਨੇ ਜੀ ਜੀ, ਅਤੇ ਇਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀਗਾ, ਬਿਲਕੁਲ ਮੇਰੇ ਖਿਆਲ 4-5 ਮਹੀਨੇ ਹੋਏ ਸੀਗੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ 'ਤੇ ਕੇਸ ਪਾਤਾ ਗਿਆ ਸੀਗਾ, ਅਤੇ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਨੇ, 2003 ਤੋਂ ਪਟਿਆਲਾ ਵਿੱਚ ਨਜ਼ਰਬੰਦ ਨੇ, ਲਗਭਗ 15 ਸਾਲ ਹੋ ਚੱਲੇ ਆ। ਦੇਖੋ ਜੀ, ਉਹ ਇੱਕ ਔਰਤ ਵਿਚਾਰੀ ਜਿਹੜਾ ਨਵਾਂ ਨਵਾਂ ਵਿਆਹ ਹੋਇਆ ਉਹਦੀ ਪਹਾੜ ਵਰਗੀ, ਤੁਸੀਂ ਉਹ ਪਰਿਵਾਰ ਦੀ ਕੇਅਰ ਵੀ ਕਰਦੇ? ਹਾਂਜੀ ਬਿਲਕੁਲ ਜੀ, ਉਹਨਾਂ ਦੇ ਇਹਨਾਂ ਨੂੰ ਘਰ ਵੀ ਬਣਾ ਕੇ ਦਿੱਤਾ ਆ, ਕਿਉਂਕਿ ਘਰ 'ਚ ਹੁੰਦਾ ਸੀ, ਬਿਲਕੁਲ ਅਸੀਂ ਦਿਖਾਵਾਂਗੇ ਅਤੇ ਪ੍ਰੋਗਰਾਮ ਬਿਲਕੁਲ ਘਰ ਜਾਣੀ ਕਿ ਟੱਠਣ ਵਾਲਾ ਸੀਗਾ, ਵੀ ਇਹ ਨਹੀਂ ਪਤਾ ਸੀ ਕਿਹੜੇ ਵੇਲੇ ਛੱਡੇ ਪੈਣੀ ਆ, ਮੀਂਹ ਪੈ ਗਿਆ ਤਾਂ ਉਹ ਚੋਂਦਾ ਸੀ, ਪਤਾ ਲੱਗਦਾ ਮੰਜੇ ਇੱਧਰ ਉੱਧਰ ਕਰਦੇ ਥੱਕ ਜਾਂਦੇ ਸੀਗੇ, ਵੀ ਕੋਈ ਕੋਨਾ ਐਸਾ ਨਹੀਂ ਸੀ ਜਿੱਥੇ ਪਾਣੀ ਨਹੀਂ ਆਉਂਦਾ ਸੀਗਾ। ਸੋ ਹਰਜੀਤ ਸਿੰਘ ਕਾਲੇ ਦੀ ਵੀ ਪਰੋਲ ਹੋਈ ਨੇ। ਇਹਦੇ ਨਾਲ ਇੱਕ ਭਾਈ ਅਵਤਾਰ ਸਿੰਘ ਜੀ ਜੋ 1992 ਤੋਂ ਕਾਫੀ ਜੇਲ੍ਹਾਂ ਵਿੱਚ ਰਹੇ ਨੇ, ਅਤੇ ਤਕਰੀਬਨ 10 ਸਾਲ ਇਹਨਾਂ ਨੇ ਜੇਲ੍ਹ ਵੀ ਕੱਟੀ ਆ,
ਤੇ ਇਹਨਾਂ ਦੀ ਵੀ ਮਾਰੀ ਕਿਰਪਾ ਨਾਲ ਜ਼ਮਾਨਤ ਕਰਾ ਦਿੱਤੀ ਗਈ ਆ। ਵਾਹ ਜੀ, ਤਕਰੀਬਨ 6 ਸਿੰਘਾਂ ਦੀ ਇਹ ਜਿਹੜੀ ਅਪਡੇਟ ਹੈ ਜੀ ਪਰ ਉਹਦੀ ਤੇ ਉਹਨਾਂ ਦੀ ਲਾਸਟ ਇੱਕ ਖੋਰ ਸਿੰਘ ਹੈ, ਮੈਂ ਭੁੱਲਣਾ ਜਾਵਾਂ, ਆਨੰਦ ਸਿੰਘ ਜੀ। ਆਨੰਦ ਸਿੰਘ 1995 ਤੋਂ ਪਹਿਲਾਂ ਬੜੈਲ ਜੇਲ੍ਹ 'ਚ ਸੀਗੇ। ਇਹਦਾ ਕੇਸ ਕੋਈ ਸੰਘਰਸ਼ ਨਾਲ ਰਿਲੇਟਡ ਨਹੀਂ ਸੀਗਾ, ਪਰ ਉਹ ਇਸ ਤਰ੍ਹਾਂ ਬਣ ਗਿਆ ਵੀ ਜਦੋਂ ਜਗਤਾਰ ਸਿੰਘ ਹਵਾਰੇ ਨੇ 2000 ਦੇ ਵਿੱਚ ਜਿਹਨਾਂ ਨੇ ਜਦੋਂ ਇਹਨਾਂ ਨੇ ਜੇਲ੍ਹ ਪੁੱਟ ਕੇ ਫਰਾਰ ਹੋਏ ਨੇ ਤੇ ਇਹਨਾਂ ਨੂੰ ਵੀ ਨਾਲ ਜੋੜਤਾ ਗਿਆ ਵੀ ਇਹਨਾਂ ਦਾ ਵੀ ਹੱਥ ਹੈਗਾ। ਵਾਹਿਗੁਰੂ, ਸਿਰਫ ਇੰਨੀ ਗੱਲ ਤੇ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਵਾਹਿਗੁਰੂ, ਤੇ ਇਹ ਵੀ ਸਿੰਘ ਬਾਰ ਸੰਗਤ ਤੁਸੀਂ ਦੇਖ ਰਹੇ ਹੋ ਜਿਹੜੇ ਕੰਮ ਸਿੱਖ ਰਿਲੀਫ ਕਰਦਾ ਉਹ ਬੋਲ ਰਹੇ ਨੇ ਕੰਮ ਤੁਹਾਡੀ ਸਕਰੀਨ ਦੇ ਉੱਪਰ। ਮੈਂ ਇਹ ਬੇਨਤੀ ਕਰਾਂਗਾ ਕਿ ਇਹਨਾਂ ਕਾਰਜਾਂ ਨੂੰ ਸੋਹਣੇ ਤਰੀਕੇ ਨਾਲ ਚਲਾਉਣ ਲਈ ਤੁਸੀਂ ਵੀ ਸਮੇਂ ਦਿਓ, ਮਾਇਆ ਦੀ ਲੋੜ ਹੈ, ਤੁਹਾਡੇ ਸਹਿਯੋਗ ਦੀ ਲੋੜ ਹੈ। ਸੋ ਜਿੰਨੇ ਸਕਰੋਲ ਤੇ ਤੁਹਾਡੇ ਅਕਾਊਂਟ ਨੰਬਰ ਸ਼ਾਰਟਕਟ ਚੱਲ ਰਿਹਾ, ਵੱਧ ਤੋਂ ਵੱਧ ਸੇਵਾ ਪਾ ਕੇ ਉਹਨਾਂ ਸਿੰਘਾਂ ਦੇ ਲਈ ਜਿਨ੍ਹਾਂ ਨੇ ਇਹ ਨਹੀਂ ਸੋਚਿਆ ਵੀ ਕੱਲ੍ਹ ਨੂੰ ਸਾਡੇ ਘਰ ਰੋਟੀ ਹੋਏਗੀ ਨਹੀਂ ਹੋਏਗੀ, ਉਹ ਪੰਥ ਦੀ ਚੜ੍ਹਦੀ ਕਲਾ ਵਾਸਤੇ, ਸਿੱਖੀ ਦੀ ਚੜ੍ਹਦੀ ਕਲਾ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ ਘਰਾਂ 'ਚੋਂ ਤੁਰੇ, ਅਤੇ ਅੱਜ ਜਿਵੇਂ ਭਾਈ ਸਾਹਿਬ ਨੇ ਦੱਸਿਆ 20-30 ਸਾਲ ਉਹ ਜੇਲ੍ਹਾਂ ਵਿੱਚ ਬੈਠੇ ਹੋਏ ਨੇ, ਉਹਨਾਂ ਨੂੰ ਛਡਾਉਣ ਲਈ, ਉਹਨਾਂ ਦੇ ਪਰਿਵਾਰ ਦੀ ਸੰਭਾਲ ਲਈ ਤੁਸੀਂ ਜ਼ਰੂਰ ਆਪਣਾ ਬਣਦਾ ਹੋਇਆ ਯੋਗਦਾਨ ਪਾਉਣਾ। ਹਾਂਜੀ, ਬਿਲਕੁਲ ਜੀ, ਮੈਂ ਵੀ ਇਹ ਬੇਨਤੀ ਕਰਾਂਗਾ ਜੀ ਤੁਹਾਡੇ, ਦੇਖੋ ਸੰਗਤ ਜੀ, ਤੁਹਾਡੀ ਮਾਇਆ, ਤੁਹਾਡਾ ਦਸਵੰਦ ਰੰਗ ਲਿਆ ਰਿਹਾ ਹੈਗਾ, ਅਤੇ ਇਹ ਤੁਹਾਡੇ ਰਿਜ਼ਲਟ ਤੁਹਾਡੇ ਸਾਹਮਣੇ ਆ, ਪਲੀਜ਼ ਆਪਣਾ ਯੋਗਦਾਨ ਜ਼ਰੂਰ ਪਾਓ। ਬਹੁਤ ਧੰਨਵਾਦ ਜੀ, ਮਿਲਾਂਗੇ ਅਗਲੇ ਪ੍ਰੋਗਰਾਮ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ